जस पंजाबी देखते हुए सारे दर्शकों ने मेरे वालों प्यार भरी सत श्री अकाल तुहाडा स्वागत प्रोग्राम लॉ गाइड लाइव विद जसप्रीत सिंह अटॉर्नी एट लॉ ते जुड़े हन सर नाल कैलिफोर्निया तो जसप्रीत जी तुहाडा प्रोग्राम दे विच स्वागत सत श्री अकाल सत श्री अकाल जी Good to have you as always, Jasprit ji. Inni jyada is country vich charcha ho rahi hai vak vak legal masle nu leke, but mainu lagda hai immigration ek eho ja masla hai jo dono sides Republicans te Democrats ne bahut hi vadde level te is saal chakya hai. Immigration de vich tusi lagatar sanu updates provide karde ho. Tuhadi khasiyat hai is cheez de vich, tuhade offices nationwide clients nu help karde hai in maslyan de vich. Chahwangi main ke ohde naal hi shuru karde hai ajj da show. ਇਮੀਗ੍ਰੇਸ਼ਨ ਨੂੰ ਲੈ ਕੇ ਕੀ ਕੁਝ ਅਪਡੇਟਸ ਹਨ ਵਿਊਅਰਸ ਲਈ ਇਮੀਗ੍ਰੇਸ਼ਨ ਨੂੰ ਲੈ ਕੇ ਸ਼ਮਿਤਾ ਜੀ ਤੁਹਾਨੂੰ ਪਤਾ ਹੀ ਆ ਵੀ ਜਿਹੜੀ ਇਹ ਐਡਮਿਨਿਸਟ੍ਰੇਸ਼ਨ ਹੈਗੀ ਆ ਇਹਨਾਂ ਦੀ ਜਿਹੜੀ ਪਾਲਿਸੀ ਹੈਗੀ ਆ ਉਹ ਇਮੀਗ੍ਰੇਸ਼ਨ ਨੂੰ ਜਿੰਨਾ ਵੀ ਰਿਸਟ੍ਰਿਕਟ ਕਰ ਸਕਣ ਵੀ ਉਨਾ ਹੀ ਅਸੀਂ ਕਰ ਸਕੀਏ ਤਾਂ ਰਿਸਟ੍ਰਿਕਸ਼ਨ ਦੀ ਪਾਲਿਸੀ ਆ ਤੇ ਉਸ ਦੇ ਤਹਿਤ ਪਹਿਲਾਂ ਤਾਂ ਇਹਨਾਂ ਨੇ ਐਗਜ਼ੈਕਟਿਵ ਆਰਡਰ ਕਰਕੇ ਜਿੰਨੀਆਂ ਵੀ ਕੈਟਾਗਰੀ ਸੀਗੀਆਂ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਇਮੀਗ੍ਰੈਂਟ ਵੀਜ਼ੇ ਦੀਆਂ ਉਹਨਾਂ ਤੇ ਬੈਨ ਲਾਇਆ ਤੇ ਜਿਵੇਂ ਕਿ US ਸਿਟੀਜ਼ਨ ਦੇ ਜਿਹੜੇ ਮਤਲਬ ਜਿਹੜੇ ਹੈਗੇ ਭੈਣ ਭਰਾ ਦਾ ਅਪਲਾਈ ਕਰਦੇ ਆ F4 ਕੈਟਾਗਰੀ ਆ ਮਾਂ ਬਾਪ ਦਾ ਕਰਦੇ ਆ ਅਨਮੈਰਿਡ ਜਿਹੜੇ ਚਿਲਡਰਨ ਓਵਰ 21 ਜਾਂ ਮੈਰਿਡ ਚਿਲਡਰਨ ਜਿਹੜੇ US ਸਿਟੀਜ਼ਨ ਦੇ ਉਹਨਾਂ ਕੈਟਾਗਰੀਆਂ ਤੇ ਫਿਰ ਗ੍ਰੀਨ ਕਾਰਡ ਹੋਲਡਰ ਦੇ ਸਪਾਊਸਿਸ ਤੇ ਬੱਚਿਆਂ ਦੇ ਉਦੋਂ ਬਾਅਦ H1 ਤੇ ਲਾਇਆ ਫਿਰ ਉਦੋਂ ਬਾਅਦ F1 ਤੇ ਉਹ ਤੇ ਉਹਦੇ ਨਾਲ ਨਾਲ ਜਿਹੜਾ L1 ਵੀਜ਼ਾ J ਵੀਜ਼ਾ ਇਹਨਾਂ ਸਾਰਿਆਂ ਤੇ ਮਤਲਬ ਦਸੰਬਰ ਤੱਕ ਪਾਬੰਦੀਆਂ ਲਾਈਆਂ ਤੇ ਉਹਦੇ ਨਾਲ ਨਾਲ ਉੱਥੇ ਬਸ ਨਹੀਂ ਤੇ ਉਸ ਤੋਂ ਇਲਾਵਾ ਫਿਰ ਕੋਸ਼ਿਸ਼ ਕੀਤੀ ਕਿ ਜਿਹੜੇ ਸਟੂਡੈਂਟਸ ਨੇ ਜਿਹੜੇ ਇੱਥੇ ਆਲਰੇਡੀ F1 ਤੇ ਪੜ੍ਹ ਰਹੇ ਨੇ ਉਹਨਾਂ ਨੂੰ ਜੇ ਔਨ ਕੈਂਪਸ ਐਤਕੀ ਜਿਹੜੀ ਹੈਗੀ ਆ ਉਹ ਪੜ੍ਹਾਈ ਨਹੀਂ ਹੁੰਦੀ ਤੇ ਉਹਨਾਂ ਦੀ ਜਿਹੜੀ ਪੜ੍ਹਾਈ ਹੈਗੀ ਆ ਉਹ ਵਰਚੁਅਲ ਹੋ ਰਹੀ ਆ ਜਾਂ ਔਨਲਾਈਨ ਹੋ ਰਹੀ ਆ ਤਾਂ ਉਹਨਾਂ ਨੂੰ ਸਟੂਡੈਂਟ ਵੀਜ਼ਾ ਕੈਂਸਲ ਕੀਤਾ ਜਾਵੇ ਉਹਨਾਂ ਦਾ ਉਹਦੇ ਵਾਸਤੇ ਲਾਅ ਸੂਟ ਹੋਇਆ ਤੇ ਉਹ ਲਾਅ ਸੂਟ ਕਰਕੇ ਇਹਨਾਂ ਨੂੰ ਆਪਣਾ ਵਾਪਸ ਲੈਣਾ ਪਿਆ ਤੇ ਹੁਣ ਜਿਹੜਾ ਹੈਗਾ ਲੇਟੈਸਟ ਉਹ ਦੋ ਗੱਲਾਂ ਨੇ ਇੱਕ ਤਾਂ ਇਹਨਾਂ ਨੇ ਜਿਹੜੀ H1 ਵੀਜ਼ਾ ਆ ਉਹਦੀ ਜਿਹੜੀ ਉਹਦਾ ਜਿਹੜਾ ਸਕੋਪ ਆ ਉਹਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰ ਰਹੇ ਇੱਕ ਤਾਂ ਜਿਹੜੀ ਸਪੈਸ਼ਲਿਟੀ ਆਕੂਪੇਸ਼ਨ ਹੁੰਦੀ ਆ ਉਹਦੇ ਵਿੱਚ ਕਾਫੀ ਜ਼ਿਆਦਾ ਇਹ ਰਿਸਟ੍ਰਿਕਸ਼ਨ ਕਰ ਰਹੇ ਆ ਕਿ ਉਹਦੀ ਜਿਹੜੀ ਹੈਗੀ ਡੈਫੀਨੇਸ਼ਨ ਚੇਂਜ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸਪੈਸ਼ਲਿਟੀ ਆਕੂਪੇਸ਼ਨ ਦੀ ਉਹਦਾ ਮਤਲਬ ਇਹ ਆ ਕਿ ਬਹੁਤ ਘੱਟ ਬੰਦੇ ਉਹਦੇ ਲਈ ਕੁਆਲੀਫਾਈ ਕਰਿਆ ਕਰਨਗੇ ਅੱਗੇ ਤੋਂ ਦੂਸਰਾ ਇਹ ਆ ਕਿ ਜਦੋਂ ਵੀ H1 ਆਪਾਂ ਅਪਲਾਈ ਕਰਦੇ ਹਾਂ ਤੇ ਆਪਾਂ ਨੂੰ ਵੇਜ ਜਿਹੜੀ ਹੈਗੀ ਆ ਉਹ ਪ੍ਰਵੇਲਿੰਗ ਵੇਜ ਲੈਣੀ ਪੈਂਦੀ ਆ ਜਿਹੜਾ ਲੇਬਰ ਡਿਪਾਰਟਮੈਂਟ ਤੋਂ ਲੇਬਰ ਡਿਪਾਰਟਮੈਂਟ ਫਿਕਸ ਕਰਦਾ ਕਿ ਇਸ ਪੋਜੀਸ਼ਨ ਵਾਸਤੇ ਜਿਹਦੇ ਤੇ ਤੁਸੀਂ H1 ਕਰਨਾ ਚਾਹੁੰਦੇ ਆ ਉਹਦੀ ਇੰਨੀ ਵੇਜ ਆ ਤੇ ਜਿਹੜਾ ਇੰਪਲੋਇਰ ਆ ਉਹਨੂੰ ਕਹਿਣਾ ਪੈਂਦਾ ਵੀ ਮੈਂ ਇਹ ਇੰਨੀ ਵੇਜ ਜਿਹੜੀ ਸੈਲਰੀ ਆ ਦੇਣ ਨੂੰ ਤਿਆਰ ਹਾਂ ਤੇ ਆਹ ਮੇਰੇ ਕੋਲ ਇਨਕਮ ਟੈਕਸ ਦੇ ਪੇਪਰ ਨੇ ਮੈਂ ਮਤਲਬ ਉਹ ਸੈਲਰੀ ਦੇਣ ਦੇ ਯੋਗ ਵੀ ਹੈਗਾ ਤੇ ਇਹ ਹੁਣ ਕੀ ਕਰ ਰਹੇ ਆ ਕਿ ਜੇ ਤਾਂ ਤੁਸੀਂ ਕਿਸੇ ਪੋਜੀਸ਼ਨ ਲਈ ਬੰਦਾ ਇੱਥੋਂ ਹਾਇਰ ਕਰਨਾ ਅਮਰੀਕਾ ਤੋਂ ਤੇ ਉਹਦੀ ਸੈਲਰੀ ਜੋ ਵੀ ਆ ਫੋਰ ਐਗਜ਼ਾਮਪਲ ਜੇ ਕਿਸੇ ਕੋਈ ਪੋਸਟ ਮੈਨੇਜਰ ਦੀ ਹੈਗੀ ਆ ਉਹਦੀ ਜੇ ਸੈਲਰੀ 80,000 ਆ ਸਾਲ ਦੀ ਅਮਰੀਕਾ 'ਚ ਤੇ ਜੇ ਕਹਿੰਦੇ ਆ ਹੁਣ H1 ਤੇ ਬਾਹਰੋਂ ਮੰਗਾਉਣਾ ਤਾਂ ਉਹਦੀ ਸੈਲਰੀ 1,60,000 ਹੋਏਗੀ ਵੀ ਡਬਲ ਕਰ ਰਹੇ ਆ ਤੇ ਇਹਦਾ ਮਤਲਬ ਆ ਵੀ ਜੇ ਤਾਂ ਇੱਥੇ ਬੰਦਾ ਹਾਇਰ ਕਰਨਾ ਤਾਂ 80,000 ਦਿਓ ਜੇ ਬਾਹਰੋਂ ਬੰਦਾ ਲੈ ਕੇ ਆਉਣਾ ਤਾਂ ਉਹਨੂੰ 1,60,000 ਦਿਓ ਉਸੇ ਪੋਜੀਸ਼ਨ ਤੇ ਤੇ ਉਹਦਾ ਮਤਲਬ ਹੈ ਵੀ ਬਾਹਰੋਂ ਆਉਣ ਲਈ ਬੰਦੇ ਜਿਹੜੇ ਹੈਗੇ ਡਿਸਕਰੇਜ ਹੋਣ ਤੇ ਉਹ ਨਾ ਬਾਹਰੋਂ ਲਿਆਉਣ ਤੇ ਇੱਥੋਂ ਹਾਇਰ ਕਰ ਸਕਣ ਉਹਦਾ ਨੁਕਸਾਨ ਇਹ ਹੋਏਗਾ ਵੀ ਉਹ ਜਿਹੜਾ ਇੰਪਲੋਇਰ ਆ ਉਹ ਜਿਹਨੂੰ ਬੰਦੇ ਦੀ ਬਹੁਤ ਜ਼ਿਆਦਾ ਲੋੜ ਆ ਉਹਦੀ ਆਪਣੇ ਬਿਜ਼ਨਸ ਲਈ ਤਾਂ ਉਹਨੂੰ ਇੱਥੇ ਲਿਆਉਣ ਦੀ ਬਜਾਏ ਜਿਹੜੀ ਕੰਟਰੀ ਜੋ ਹੈਗਾ ਜਿਵੇਂ ਕੋਈ ਇੰਡੀਆ ਤੋਂ ਆ ਰਿਹਾ ਫੋਰ ਐਗਜ਼ਾਮਪਲ ਉਹਨੂੰ ਇੰਡੀਆ 'ਚ ਹੀ ਕੰਮ ਕਰਾ ਲਏਗਾ ਉੱਥੇ ਪੈਸੇ ਨੂੰ ਪੈਸੇ ਦੇ ਕੇ ਇੱਥੇ ਲਿਆਉਣ ਦੀ ਕੀ ਲੋੜ ਆ ਤੇ ਇਹਨਾਂ ਨੂੰ ਇਹ ਲੱਗਦਾ ਕਿ ਜੇ ਫਰਜ਼ ਕਰੋ ਜੇ ਇਹਨਾਂ ਨੇ ਬਣਾਇਆ ਇਸ ਕਰਕੇ ਆ ਵੀ ਬਾਹਰੋਂ ਬੰਦੇ ਇੱਥੇ ਨਾ ਆ ਸਕੇ ਤਾਂ ਅਮੈਰੀਕਨ ਬੰਦਿਆਂ ਨੂੰ ਹਾਇਰ ਕਰਨਗੇ ਹੁਣ ਜਿਹੜਾ ਬਿਜ਼ਨਸ ਹੈ ਉਹ ਕੋਈ ਜਿਹੜੀ ਕਿ ਸਰਕਾਰੀ ਨੌਕਰੀ ਤਾਂ ਹੈ ਨਹੀਂ ਗੀ ਵੀ ਜਿਹਨੂੰ ਮਰਜ਼ੀ ਹਾਇਰ ਕਰ ਲਿਆ ਇਹ ਜਿਹੜਾ ਬਿਜ਼ਨਸ ਹੈ ਇਹ ਇਹਦੇ ਵਿੱਚ ਉਹਨਾਂ ਨੇ ਕੰਪੀਟ ਕਰਨਾ ਤੇ ਇੰਟਰਨੈਸ਼ਨਲ ਲੈਵਲ ਤੇ ਜਿਹੜੀਆਂ ਅਮਰੀਕਨ ਕੰਪਨੀਆਂ ਨੇ ਉਹ ਇੰਟਰਨੈਸ਼ਨਲ ਲੈਵਲ ਤੇ ਕੰਪੀਟ ਕਰਦੀਆਂ ਨੇ ਉਹਨਾਂ ਦੀ ਇੱਕ ਰੈਪੂਟੇਸ਼ਨ ਹੈ ਇੱਕ ਨਾਂ ਹੈ ਸਾਰੀ ਦੁਨੀਆ 'ਚ ਤੇ ਉਹਨਾਂ ਨੂੰ ਜੇ ਕਿਸੇ ਬੰਦੇ ਦੀ ਲੋੜ ਹੈਗੀ ਆ ਫਰਜ਼ ਕਰੋ ਤਾਂ ਉਹਨਾਂ ਨੂੰ ਉਹੀ ਬੰਦਾ ਚਾਹੀਦਾ ਉਹਨੂੰ ਤੁਸੀਂ ਇਸ ਕਰਕੇ ਵੀ ਉਹਨੂੰ ਜ਼ਿਆਦਾ ਸੈਲਰੀ ਦੇਣੀ ਪਊਗੀ ਡਿਸਕਰੇਜ ਕਰੋ ਜਾਂ ਉਹਦੀ ਜਿਹੜੀ ਸਪੈਸ਼ਲਿਟੀ ਆਕੂਪੇਸ਼ਨ ਚੇਂਜ ਕਰ ਦਿਓ ਉਹ ਇਹਨਾਂ ਦੀ ਕੋਸ਼ਿਸ਼ ਹੈਗੀ ਹੈ ਵੀ H1 ਤੇ ਬਹੁਤ ਘੱਟ ਬੰਦੇ ਹੋਣ ਅਸਾਈਲਮ ਬਾਰੇ ਤਾਂ ਆਪਾਂ ਦੱਸ ਹੀ ਚੁੱਕੇ ਹਾਂ ਪਹਿਲਾਂ ਆਪਣੇ ਪ੍ਰੋਗਰਾਮਾਂ ਦੇ ਵਿੱਚ ਵੀ ਇਹਨਾਂ ਨੇ ਕਿੱਦਾਂ ਰਿਸਟ੍ਰਿਕਟ ਕੀਤਾ ਕਿ ਆਹ 25 ਅਗਸਤ ਤੋਂ ਬਾਅਦ ਇਹ ਕਰਤਾ ਵੀ ਜਿਹੜੇ ਬੰਦੇ ਵਰਕ ਆਥੋਰਾਈਜੇਸ਼ਨ ਆ ਉਹ 1 ਸਾਲ ਬਾਅਦ ਅਪਲਾਈ ਹੋਏਗਾ 6 ਮਹੀਨੇ ਦੀ ਬਜਾਏ ਉਦੋਂ ਬਾਅਦ ਜਿਹੜੇ ਬੰਦੇ ਸਾਲ ਤੋਂ ਉੱਪਰੋਂ ਜਿਵੇਂ ਕਿਸੇ ਨੂੰ ਸਾਲ ਤੋਂ ਜ਼ਿਆਦਾ ਹੋ ਗਿਆ ਉਸ ਤੋਂ ਬਾਅਦ ਅਸਾਈਲਮ ਕਰ ਰਿਹਾ ਉਹਨੂੰ ਵਰਕ ਆਥੋਰਾਈਜੇਸ਼ਨ ਮਿਲੇਗਾ ਹੀ ਨਹੀਂ ਅਨਲੈਸ ਕਿ ਉਹ ਇਹ ਪ੍ਰੂਵ ਕਰੇ ਵੀ ਕਿਉਂ ਸਾਲ ਤੋਂ ਉੱਤੇ ਲੰਘਿਆ ਟਾਈਮ ਸੋ ਇਦਾਂ ਦੀਆਂ ਜਿਹੜੀਆਂ ਇਹਨਾਂ ਨੇ ਗੱਲਾਂ ਕਰ ਰਹੇ ਨੇ ਉਹਦੇ ਨਾਲ ਇਹ ਆ ਕਿ ਮਤਲਬ ਜਿਹੜੀ ਹੈਗੀ ਓਵਰਆਲ ਜਿੰਨੇ ਵੀ ਏਰੀਆਜ਼ ਨੇ ਇਮੀਗ੍ਰੇਸ਼ਨ ਦੇ ਉਹ ਸਾਰਿਆਂ ਦੇ ਵਿੱਚ ਹੀ ਇਹਨਾਂ ਦੀ ਜਿਹੜੀ ਹੈਗੀ ਆ
ਉਹ ਮਤਲਬ ਸਖਤੀ ਹੋ ਰਹੀ ਆ ਤੇ ਜਿਹੜੀ ਰਿਸਟ੍ਰਿਕਸ਼ਨ ਹੈਗੀ ਆ ਉਹ ਵੀ ਅਨਰੀਜ਼ਨੇਬਲ ਆ। ਉਦੋਂ ਬਾਅਦ ਤੁਹਾਨੂੰ ਪਤਾ ਫੀਸਾਂ ਵਧਾਈਆਂ ਗਈਆਂ ਜਿਹੜੀਆਂ ਕਿ 2 ਅਕਤੂਬਰ ਤੋਂ ਵਧਣੀਆਂ ਸੀਗੀਆਂ, ਉਹ ਲਾਅ ਸੂਟ ਹੋਇਆ ਉਹਦੇ ਕਰਕੇ ਉਹ ਸਟੇ ਮਿਲ ਗਈ ਆ। ਜੀ ਤੇ ਇੱਕ ਤਾਂ ਲੇਟੈਸਟ H1 ਦੀ ਜਿਹੜੀ ਚੇਂਜ ਕਰ ਰਹੇ ਆ ਉਹ ਇੰਪੋਰਟੈਂਟ ਖਬਰ, ਤੇ ਦੂਸਰੀ ਇਹ ਹੈਗੀ ਆ ਕਿ ਜਿਹੜੀ ਪਿੱਛੇ ਜਿਹੇ ਡਿਸੀਜਨ ਆਇਆ 9th Circuit ਕੋਰਟ ਦਾ ਪਿਛਲੇ ਫਰਾਈਡੇ ਕਿ ਜਿਹੜੀ ਇਹ ਵਾਲ ਬਣਾ ਰਹੇ ਸੀਗੇ ਮੈਕਸੀਕੋ ਦੇ ਤੇ ਜਿਹੜਾ ਕੈਲੀਫੋਰਨੀਆ ਤੇ ਐਰੀਜ਼ੋਨਾ ਬਾਰਡਰ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ, ਉਹ ਜਿਹੜੀ ਵਾਲ ਆ ਉਹ ਇਹਨਾਂ ਨੇ ਜਿਹੜਾ ਜਿਹੜਾ ਹੈਗਾ ਡਿਫੈਂਸ ਡਿਪਾਰਟਮੈਂਟ ਤੋਂ ਪੈਸੇ ਲਏ ਸੀ, ਉਹ ਪਹਿਲਾਂ ਤਾਂ ਡਿਸਟ੍ਰਿਕਟ ਕੋਰਟ ਨੇ ਸਟੇਅ ਕਰਤੀ ਵੀ ਤੁਸੀਂ ਉੱਥੋਂ ਨਹੀਂ ਲੈ ਸਕਦੇ, ਹੁਣ ਜਿਹੜੀ 9th Circuit ਕੋਰਟ ਆਫ ਅਪੀਲ ਆ ਉਹਨੇ ਵੀ ਸਟੇਅ ਕਰ ਦਿੱਤੀ ਆ। ਉਹਨੇ ਕਿਹਾ ਵੀ ਇਹ ਜਿਹੜੇ ਪੈਸੇ ਹੈਗੇ ਆ ਇਹ ਡਿਫੈਂਸ ਡਿਪਾਰਟਮੈਂਟ ਲਈ ਹੈਗੇ ਨੇ, ਆਰਮੀ ਲਈ ਜਾਂ ਆਰਮੀ ਦੇ ਜਿਹੜਾ ਉਹਨਾਂ ਸਮਾਨ ਲੈਣ ਵਾਸਤੇ ਜਾਂ ਉਹਨਾਂ ਦੀ ਫੈਸਿਲਿਟੀਜ਼ ਇੰਪਰੂਵ ਕਰਨ ਵਾਸਤੇ, ਨਾ ਕਿ ਕੰਧ ਬਣਾਉਣ ਵਾਸਤੇ। ਸੋ ਉਹਨਾਂ ਨੇ ਵੀ ਉੱਥੇ ਸਟੇ ਲਾਤੀ ਆ। ਤੇ ਉਹਦੇ ਨਾਲ ਨਾਲ ਜਿਹੜਾ ਇੱਕ ਹੋਰ ਇੰਪੋਰਟੈਂਟ ਡਿਸੀਜਨ ਆਇਆ ਵੀ ਕੈਲੀਫੋਰਨੀਆ ਸਟੇਟ ਨੇ ਇੱਕ ਲਾਅ ਪਾਸ ਕੀਤਾ ਕਿ ਜੇ ਕੋਈ ਬੰਦਾ ਡਿਟੇਨਡ ਹੈਗਾ ਕਿਸੇ ਡਿਟੈਂਸ਼ਨ ਸੈਂਟਰ ਦੇ ਵਿੱਚ ਤੇ ਉੱਥੇ ਜਿਹੜੀ ਕੰਡੀਸ਼ਨ ਬਹੁਤ ਇਨਹਿਊਮਨ ਆ, ਜਿਵੇਂ ਕਿ ਮੈਂ ਇੱਕ ਡਿਟੈਂਸ਼ਨ ਸੈਂਟਰ 'ਚ ਗਿਆ 2-3 ਮਹੀਨੇ ਦੀ ਗੱਲ ਆ, ਉੱਥੇ ਇੱਕ ਬੰਦਾ ਸੀ ਬੌਂਡ ਤੇ ਬਾਹਰ ਕਢਾਇਆ, ਉਦੋਂ ਅੰਦਰ ਸੀਗਾ ਉਹ, ਤੇ ਉੱਥੇ ਕਰੋਨਾ ਵਾਇਰਸ ਆ ਗਿਆ। ਅਸੀਂ ਉਹ ਕਹਿੰਦਾ ਇੱਥੇ ਕਰੋਨੇ ਵਾਲੇ ਪੇਸ਼ੈਂਟ ਨੇ ਤੇ ਉਹਨਾਂ ਨੂੰ ਕੋਈ ਇੱਥੇ ਹਸਪੀਟਲ ਦੀ ਕੋਈ ਗੱਲ ਨਹੀਂ, ਕੋਈ ਲੈ ਕੇ ਨਹੀਂ ਜਾਂਦਾ ਤੇ ਸਾਨੂੰ ਡਰ ਆ ਵੀ ਸਾਨੂੰ ਨਾ ਹੋ ਜਾਵੇ, ਇੱਥੇ ਕੋਈ ਕੇਅਰ ਨਹੀਂ ਤੇ ਇੱਕ ਬੰਦਾ ਮਰ ਵੀ ਗਿਆ ਕਰੋਨਾ ਨਾਲ, ਕੋਈ ਮੈਕਸੀਕਨ ਸੀਗਾ ਉੱਥੇ ਮਤਲਬ ਪ੍ਰਿਜ਼ਨਰ। ਅਸੀਂ ਆਈਸ ਨਾਲ ਗੱਲ ਕੀਤੀ ਇਮੀਗ੍ਰੇਸ਼ਨ ਨਾਲ ਵੀ ਇਹਨੂੰ ਇਹਨਾਂ ਨੂੰ ਵਿਚਾਰਿਆਂ ਨੂੰ ਜਾਂ ਤਾਂ ਹੋਰ ਜੇਲ੍ਹ 'ਚ ਲੈ ਜਾਓ ਜਾਂ ਬਾਹਰ ਕੱਢ ਦਿਓ ਜਾਂ ਕੁਛ ਕਰੋ, ਵੀ ਇਹ ਤਾਂ ਉਹਨਾਂ ਨਾਲ ਰੱਖੇ ਤੁਸੀਂ ਕਰੋਨਾ ਵਾਲਿਆਂ ਨਾਲ, ਤੇ ਉਹਨਾਂ ਨੇ ਦੇਖ ਲਓ ਬਿਲਕੁਲ ਨਹੀਂ ਗੱਲ ਸੁਣੀ ਤੇ ਉਹ ਬੰਦੇ ਨੂੰ ਮੁੜ ਕੇ ਬੌਂਡ 'ਤੇ ਅਸੀਂ ਬਾਹਰ ਕਢਾਇਆ ਮਤਲਬ ਜੇਲ੍ਹ 'ਚੋਂ। ਸੋ ਇਹ ਜਿਹੜੀ ਹੈਗੀ ਆ ਇੱਦਾਂ ਦੀ ਕੰਡੀਸ਼ਨ ਆ, ਉਹਦੇ ਵਾਸਤੇ ਕੈਲੀਫੋਰਨੀਆ ਨੇ ਲਾਅ ਪਾਸ ਕੀਤਾ ਇੱਕ ਵੀ ਜੇ ਕਿਸੇ ਬੰਦੇ ਨੂੰ ਜੇਲ੍ਹ ਦੇ ਵਿੱਚ ਇਨਹਿਊਮਨ ਟ੍ਰੀਟਮੈਂਟ ਮਿਲਦਾ ਹੈ ਜਾਂ ਉਹਨੂੰ ਐਸੇ ਹਾਲਾਤ 'ਚ ਰੱਖਿਆ ਜਾਂਦਾ ਜਿਹੜੇ ਹਾਲਾਤ ਕਿ ਉਹਦੀ ਹੈਲਥ ਵਾਸਤੇ ਖਰਾਬ ਨੇ ਤੇ ਉਹਨੂੰ ਕੁਛ ਉਹਦੇ ਨਾਲ ਡੈਮੇਜ ਹੁੰਦਾ ਤਾਂ ਉਹ ਬੰਦਾ ਸੂ ਕਰ ਸਕਦਾ ਉਹਨਾਂ ਪ੍ਰਾਈਵੇਟ ਕੰਪਨੀਜ਼ ਨੂੰ ਜਿਹੜੀਆਂ ਜੇਲ੍ਹ ਚਲਾ ਰਹੀਆਂ ਨੇ, ਜਿਹੜੀਆਂ ਇਮੀਗ੍ਰੇਸ਼ਨ ਦੀਆਂ ਜੇਲ੍ਹਾਂ ਨੇ ਉਹ ਗਵਰਨਮੈਂਟ ਨਹੀਂ ਚਲਾ ਰਹੀ, ਉਹ ਜਿਹੜੀਆਂ ਪ੍ਰਾਈਵੇਟ ਜਿਹੜੀਆਂ ਕੰਪਨੀਜ਼ ਨੇ ਉਹਨਾਂ ਨੇ ਗਵਰਨਮੈਂਟ ਤੋਂ ਕੰਟਰੈਕਟ ਲਿਆ ਉਹ ਚਲਾ ਰਹੀਆਂ ਨੇ, ਸਟਾਫ ਵੀ ਉਹਨਾਂ ਦਾ ਹੀ ਆ ਜੀ, ਤੇ ਉਹਨਾਂ ਨੂੰ ਜੇ ਉਹ ਨਹੀਂ ਕੇਅਰ ਕਰਦੇ ਤਾਂ ਸੂ ਕੀਤਾ ਜਾ ਸਕਦਾ ਆ। ਇਹ ਵੀ ਇੱਕ ਨਵੀਂ ਚੀਜ਼ ਆ ਜਿਹੜਾ ਕਿ ਹੁਣ ਲੈਜਿਸਲੇਸ਼ਨ ਪਾਸ ਹੋਈ ਆ, ਕੈਲੀਫੋਰਨੀਆ ਦੇ ਗਵਰਨਰ ਨੇ ਸਾਈਨ ਕੀਤੇ ਆ। ਸੋ ਇਹ ਇੱਕ ਵੈਲਕਮ ਸਟੈਪ ਆ ਜਿਹਦੇ ਕਰਕੇ ਕਿ ਥੋੜੀ ਜਿਹੀ ਜਿਹੜੀ ਕੰਡੀਸ਼ਨ ਹੈਗੀ ਆ ਉਹ ਇੰਪਰੂਵ ਹੋਏਗੀ। ਤੇ ਬਾਕੀ ਸਮਿਤਾ ਜੀ ਜਿਹੜੇ ਲੋਕੀ ਸਾਨੂੰ ਸਵਾਲ ਕਰਦੇ ਨੇ ਜਿਹੜੇ ਹੁਣ ਈਮੇਲਾਂ ਕਰਦੇ ਆ ਤੁਹਾਡੇ ਪ੍ਰੋਗਰਾਮ ਦੇ ਵਿੱਚ ਵੀ ਦੇਖ ਕੇ ਕਰਦੇ ਆ, ਉਹਨਾਂ ਵਿੱਚੋਂ ਜਿਹੜੇ ਜ਼ਿਆਦਾ ਹੁਣ ਹਰੇਕ ਸਵਾਲ ਦਾ ਜਵਾਬ ਦੇਣਾ ਤਾਂ ਇੰਨੇ ਥੋੜੇ ਟਾਈਮ 'ਚ ਔਖਾ, ਪਰ ਜਿਹੜੇ ਮੇਨ ਕੈਟਾਗਰੀਜ਼ ਨੇ ਇੱਕ ਤਾਂ ਉਹ ਲੋਕ ਨੇ ਜਿਹੜੇ ਪੁੱਛ ਰਹੇ ਨੇ ਕਿ ਜਿਹੜੀਆਂ F4 ਕੈਟਾਗਰੀ ਆ ਜਿਹੜੀ ਭਰਾ ਭੈਣ ਦੀ ਕੈਟਾਗਰੀ ਆ, ਜਿਹੜੇ ਸਿਟੀਜ਼ਨ ਨੇ ਆਪਣੇ ਜਿਹੜਾ ਹੈਗਾ ਸਿਸਟਰ ਜਾਂ ਬ੍ਰਦਰ ਦਾ ਕੀਤਾ ਅਪਲਾਈ, ਵੀ ਉਹਦਾ ਕੀ ਬਣ ਰਿਹਾ, ਉਹਦਾ ਅਸੀਂ ਜੀ 2006 'ਚ ਕੀਤਾ ਕੋਈ ਕਹਿੰਦਾ 7 'ਚ ਕੀਤਾ ਕੀ ਬਣੂਗਾ। ਉਹਨਾਂ ਨੂੰ ਮੈਂ ਸਾਰਿਆਂ ਨੂੰ ਕਲੈਕਟਿਵਲੀ ਇਹ ਜਿਹੜਾ ਜਵਾਬ ਦਿੰਦਾ ਕਿ ਇਹ ਜਿਹੜੀ ਮਤਲਬ ਕੈਟਾਗਰੀ ਹੈਗੀ ਹੈ ਇਹਦੇ ਅੰਡਰ ਇਸ ਟਾਈਮ ਤੇ ਆਹ ਸਾਲ 2005 ਚੱਲ ਰਿਹਾ ਸੀ, ਜਿਹੜੇ 2005 'ਚ ਅਪਲਾਈ ਕੀਤਾ ਉਹਨਾਂ ਦੀ ਵਾਰੀ ਆ ਰਹੀ ਸੀਗੀ। ਹੁਣ ਪ੍ਰੈਜ਼ੀਡੈਂਟ ਟਰੰਪ ਨੇ ਲਾਤਾ ਬੈਨ ਦਸੰਬਰ ਦੇ ਐਂਡ ਤੱਕ, ਤੇ ਇਹਦੀ ਜਿਹੜੀ ਪ੍ਰੋਸੈਸਿੰਗ ਹੈਗੀ ਆ ਪੇਪਰ ਵਰਕ ਤਾਂ ਉਹ ਲੈ ਰਹੇ ਆ, ਮਤਲਬ ਪ੍ਰੋਸੈਸਿੰਗ ਚੱਲ ਰਹੀ ਆ, ਜਿਹੜੇ ਮਤਲਬ ਐਫੀਡੇਟ ਆਫ ਸਪੋਰਟ ਕਿਸੇ ਨੇ ਦੇਣਾ DS-264 ਨਾ ਹੋਰ ਆ, ਪਰ ਜਿਹੜੀ ਇੰਟਰਵਿਊ ਨਹੀਂ ਹੋਏਗੀ ਜਦ ਤੱਕ ਬੈਨ ਨਹੀਂ ਮਤਲਬ ਖਤਮ ਹੋਏਗਾ। ਉਹ ਬੈਨ ਹੋਣ ਕਰਕੇ ਵੱਡੀ ਪ੍ਰੋਬਲਮ ਇਹ ਆ ਕਿ ਉਹਦੇ 'ਚ ਇੱਕ ਵੱਡੀ ਸਮੱਸਿਆ, ਕਿਉਂਕਿ ਜਦੋਂ ਬੈਨ ਖਤਮ ਹੋਏਗਾ ਉਦੋਂ ਬਾਅਦ 5 ਹੀ ਸ਼ੁਰੂ ਹੋਏਗਾ, ਤੇ ਜਿਹਨਾਂ ਨੇ ਹੁਣ 8 'ਚ ਕੀਤਾ 9 'ਚ ਕੀਤਾ 10 ਤੋਂ ਫਰਦਰ ਡਿਲੇ ਹੋ ਜਾਏਗਾ। ਉਹ ਵੀ ਜੇ ਬੈਨ ਖਤਮ ਹੋਏਗਾ ਇਹ ਇਲੈਕਸ਼ਨ ਦੇ ਆਊਟਕਮ ਤੇ ਡਿਪੈਂਡ ਕਰੇਗਾ, ਜੇ ਤਾਂ ਇਲੈਕਸ਼ਨ ਜਿੱਤਦੇ ਆ ਪ੍ਰੈਜ਼ੀਡੈਂਟ ਟਰੰਪ ਤਾਂ ਹੋ ਸਕਦਾ ਵੀ ਜਿਹੜੇ ਇਮੀਗ੍ਰੇਸ਼ਨ ਦੇ ਬੈਨ ਨੇ ਜਾਂ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਰਿਸਟ੍ਰਿਕਸ਼ਨਸ ਨੇ ਇਹ ਹੋਰ ਕੰਟੀਨਿਊ ਰਹਿਣ, ਵੀ ਇਹਨਾਂ ਨੂੰ ਹੋਰ ਸਾਲ ਲਈ 6 ਮਹੀਨੇ ਲਈ ਵਧਾਇਆ ਜਾਵੇ ਜਾਂ ਕੀ ਪਤਾ 2-3 ਸਾਲ ਲਈ ਵਧਾ ਸਕਦੇ ਆ 6-6 ਮਹੀਨੇ ਕਰਕੇ। ਜੀ ਜੀ ਤੇ ਜੇ ਜੇ ਪ੍ਰੈਜ਼ੀਡੈਂਟ ਬਾਈਡਨ ਜਿੱਤਦੇ ਆ ਤੇ ਉਹਨਾਂ ਨੇ 2-3 ਗੱਲਾਂ ਮਤਲਬ ਬੜੀਆਂ ਇੰਪੋਰਟੈਂਟ ਕਹੀਆਂ ਨੇ, ਕਿਉਂਕਿ ਮੈਂ ਵੀ ਕੁਛ ਉਹਨਾਂ ਨਾਲ ਜਿਹੜੀਆਂ ਵਰਚੁਅਲ ਮੀਟਿੰਗਸ ਅਟੈਂਡ ਕੀਤੀਆਂ ਨੇ ਤੇ ਮੈਂ ਇਹ ਜਿਹੜੇ ਇਮੀਗ੍ਰੇਸ਼ਨ ਦੇ ਇਸ਼ੂਜ਼ ਨੇ ਉਸ ਪਲੇਟਫਾਰਮ ਤੇ ਰੇਜ਼ ਕੀਤੇ ਆ, ਤੇ ਮੈਂ ਉਹਨਾਂ ਨੂੰ ਦੱਸਿਆ ਵੀ ਆਹ ਇਮੀਗ੍ਰੇਸ਼ਨ ਦੇ ਚੇਂਜ ਤੁਸੀਂ ਕੀ ਕਰ ਰਹੇ ਹੋ, ਤੇ ਉਹਨਾਂ ਨੇ ਇਹ ਕਿਹਾ ਵੀ ਜੇ ਅਸੀਂ ਬਣਦੇ ਆ ਤਾਂ ਇੱਕ ਤਾਂ ਅਸੀਂ ਜਿੰਨੇ ਵੀ ਆ ਐਗਜ਼ੈਕਟਿਵ ਆਰਡਰ ਹੈਗੇ ਆ ਜਿਹੜੇ ਪ੍ਰੈਜ਼ੀਡੈਂਟ ਟਰੰਪ ਨੇ ਕੀਤੇ ਆ, ਇਹ ਸਾਰੀਆਂ ਕੈਟਾਗਰੀਆਂ ਬੰਦ ਕਰਨ ਦੇ ਵੀ ਇਹਨਾਂ ਨੂੰ ਖਤਮ ਕਰ ਦਿਆਂਗੇ, ਤੇ ਇਹ ਦੁਬਾਰਾ ਜਿਹੜੀ ਫੈਮਿਲੀ ਇਮੀਗ੍ਰੇਸ਼ਨ ਦੀਆਂ ਕੈਟਾਗਰੀ ਸ਼ੁਰੂ ਹੋ ਜਾਣ, ਜਾਂ ਉਹਨਾਂ ਨੇ ਕਿਹਾ ਵੀ ਜਿਹੜਾ ਇੰਨੇ ਇੰਨੇ ਸਾਲ ਵੀਜ਼ਾ ਨੰਬਰ ਲੱਗਦੇ ਆ ਉਹਨੂੰ ਵੀ ਅਸੀਂ ਟਰਾਈ ਕਰਾਂਗੇ ਵੀ ਕਿਸੇ ਤਰੀਕੇ ਨਾਲ ਇੰਪਰੂਵ ਕੀਤਾ ਜਾਵੇ, ਜਿਹੜੀਆਂ H1 ਤੇ ਰਿਸਟ੍ਰਿਕਸ਼ਨਸ ਨੇ ਬਕਾਇਦਾ ਉਹ ਵੀ ਅਸੀਂ ਚੇਂਜ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਉਹਦੇ ਨਾਲ ਨਾਲ ਅਸੀਂ ਉਹਨਾਂ ਨੇ ਕਿਹਾ ਕਿ ਜਿਹੜੇ ਅਫਗਾਨਿਸਤਾਨ ਦੇ ਵਿੱਚ ਸਿੱਖ ਜਿਹੜੇ ਉੱਥੇ ਵਿਚਾਰੇ ਉਹਨਾਂ ਨੂੰ ਉੱਥੇ ਮਾਰਿਆ ਗਿਆ
ਤੁਹਾਨੂੰ ਪਤਾ ਵੀ ਉੱਥੇ ਕਿੰਨਾ ਜ਼ਿਆਦਾ ਜ਼ੁਲਮ ਹੋਇਆ ਸਿੱਖਾਂ ਤੇ, ਉਹਨਾਂ ਨੂੰ ਵੀ ਉਹਨਾਂ ਨੇ ਕਿਹਾ ਵੀ ਇੱਥੇ ਲਿਆਉਣ ਲਈ ਜਾਂ ਉਹਨਾਂ ਨੂੰ ਅਸੈਲਮ ਜਾਂ ਰਿਫਿਊਜੀ ਪ੍ਰੋਗਰਾਮ ਥੱਲੇ ਲਿਆਉਣ ਵਾਸਤੇ ਅਸੀਂ ਉਪਰਾਲਾ ਜਿਹੜਾ ਕਰਾਂਗੇ। ਇਹ ਵੀ ਉਹਨਾਂ ਨੇ ਕਮਿਟਮੈਂਟ ਜਿਹੜੀ ਹੈਗੀ ਆ ਉਹ ਇੱਕ ਕਿਸਮ ਦੀ ਕੀਤੀ ਆ ਸਿੱਖ ਕਮਿਊਨਿਟੀ ਨਾਲ। ਸੋ ਇਸ ਕਰਕੇ ਇਹ ਜਿਹੜੀਆਂ ਇਲੈਕਸ਼ਨ ਦਾ ਆਊਟਕਮ ਹੈ ਇਹ ਇਮੀਗ੍ਰੇਸ਼ਨ ਦੀਆਂ ਪਾਲਿਸੀਜ਼ ਬਾਰੇ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਆ ਕਿ ਇਸ ਕੰਟਰੀ ਦਾ ਜਿਹੜਾ ਇਮੀਗ੍ਰੇਸ਼ਨ ਦਾ ਪਲੈਟਫਾਰਮ ਹੈ ਜਾਂ ਇਮੀਗ੍ਰੇਸ਼ਨ ਦੀ ਜਿਹੜੀ ਜਿਹੜੀ ਸੇਧ ਆ ਜਾਂ ਕਹਿ ਲਓ ਇਮੀਗ੍ਰੇਸ਼ਨ ਦੀ ਕੀ ਪਾਲਿਸੀ ਹੋਏਗੀ ਫਿਊਚਰ ਦੇ ਵਿੱਚ ਉਹ ਇਲੈਕਸ਼ਨ ਡਿਸਾਈਡ ਕਰੇਗੀ ਅਮਰੀਕਾ ਦੀ। ਸੋ ਇਸ ਕਰਕੇ ਜੇ ਤਾਂ ਪ੍ਰੈਜ਼ੀਡੈਂਟ ਟਰੰਪ ਜਿੱਤਦੇ ਆ ਤਾਂ ਇਮੀਗ੍ਰੇਸ਼ਨ ਜਿਹੜੀ ਹੈਗੀ ਆ ਉਹ ਅੱਗੇ ਨਾਲੋਂ ਕਾਫੀ ਰਿਸਟ੍ਰਿਕਟ ਹੋ ਸਕਦੀ ਆ, ਤੇ ਜੇ ਬਾਈਡਨ ਜਿੱਤਦੇ ਆ ਤਾਂ ਜਿਵੇਂ ਪਹਿਲਾਂ ਇਮੀਗ੍ਰੇਸ਼ਨ ਸੀਗੀ ਫੈਮਿਲੀ ਯੂਨੀਫਿਕੇਸ਼ਨ ਦੀ ਜਾਂ ਹੋਰ ਜਿਹੜੇ ਪ੍ਰੋਗਰਾਮ ਚੱਲ ਰਹੇ ਸੀਗੇ ਉਹ ਅੱਗੇ ਤੁਰ ਸਕਦੇ ਆ। ਸੋ ਇਹ ਇਸ ਟਾਈਮ ਤੇ ਲੱਗ ਰਿਹਾ ਤੇ ਬਾਕੀ ਹੁਣ ਇੰਪੈਕਟ ਕਰ ਸਕਦਾ ਫਿਰ ਸ਼ੋਰ ਕੁਛ ਨਾ ਕੁਛ ਤਾਂ ਇਨਫਲੂਐਂਸ ਹੋਏਗਾ। ਉਹ ਹੈਗੀ ਸੁਪਰੀਮ ਕੋਰਟ ਦੀ ਨੋਮੀਨੇਸ਼ਨ ਜੱਜ ਏਮੀ ਕੋਨੀ ਬੈਰਟ, ਜਿਨ੍ਹਾਂ ਦੀ ਕਨਫਰਮੇਸ਼ਨ ਹੀਅਰਿੰਗਸ ਕੱਲ ਸ਼ੁਰੂ ਹੋਈਆਂ ਸਨ ਤੇ ਅੱਜ ਸੈਨੇਟ ਦੇ ਵਿੱਚ ਰਿਪਬਲਿਕਨਸ ਡੈਮੋਕਰੈਟ ਵੱਖ ਵੱਖ ਜੁਡੀਸ਼ੀਅਲ ਕਮੇਟੀ ਦੇ ਮੈਂਬਰਸ ਉਹਨਾਂ ਨੂੰ ਸਵਾਲ ਪੁੱਛ ਰਹੇ ਆ, ਉਹਨਾਂ ਦੇ ਕ੍ਰੈਡੈਂਸ਼ੀਅਲਸ, ਉਹਨਾਂ ਦੇ ਕਿਸ ਤਰ੍ਹਾਂ ਉਹਨਾਂ ਦਾ ਮਾਈਂਡਸੈਟ ਹੈ ਵੱਖ ਵੱਖ ਮੁੱਦਿਆਂ 'ਤੇ, ਖਾਸ ਕਰਕੇ ਜਿੱਥੇ ਹੈਲਥ ਕੇਅਰ ਅਤੇ ਅਬੋਰਸ਼ਨ ਰਾਈਟਸ ਅਤੇ ਇਹੋ ਜਿਹੀ ਚੀਜ਼ਾਂ ਓਬਾਮਾ ਕੇਅਰ ਦੀ ਗੱਲ ਆਉਂਦੀ ਹੈ। ਬਟ ਕੱਲ੍ਹ ਡੈਮੋਕਰੈਟਸ ਨੇ ਖਾਸ ਕਰਕੇ ਸੈਨੇਟਰ ਬਲੂਮਿਨਥੋਲ ਨੇ ਇਹ ਚੀਜ਼ ਕਹੀ ਆਪਣੀ ਓਪਨਿੰਗ ਸਟੇਟਮੈਂਟ ਦੇ ਵਿੱਚ ਕਿ ਅਗਰ ਜੱਜ ਬੈਰਟ ਨੂੰ ਕਨਫਰਮ ਕੀਤਾ ਜਾਂਦਾ ਹੈ, ਉਹਨਾਂ ਨੂੰ ਸੁਪਰੀਮ ਕੋਰਟ 'ਤੇ ਬਿਠਾ ਦਿੱਤਾ ਜਾਂਦਾ ਹੈ ਇਲੈਕਸ਼ਨ ਤੋਂ ਪਹਿਲੇ, ਐਂਡ ਇਲੈਕਸ਼ਨ ਦੇ ਵਿੱਚ ਕੋਈ ਵੀ ਇਹੋ ਜਿਹੀ ਚੀਜ਼ ਆਉਂਦੀ ਹੈ ਕੌਨਫਲਿਕਟ ਦੀ ਤੌਰ 'ਤੇ ਜਿਹਦੇ ਕਰਕੇ ਇਲੈਕਸ਼ਨ ਸੁਪਰੀਮ ਕੋਰਟ ਦੇ ਕੋਲ ਕੇਸ ਬਣ ਕੇ ਜਾਂਦਾ ਹੈ, ਦੈਟ ਜੱਜ ਬੈਰਟ ਨੂੰ ਆਪਣੇ ਆਪ ਨੂੰ ਉਸ ਚੀਜ਼ ਤੋਂ ਹਟਾ ਲੈਣਾ ਚਾਹੀਦਾ, ਰਿਕਿਊਜ਼ ਕਰ ਲੈਣਾ ਚਾਹੀਦਾ ਹੈ। ਜਸਪ੍ਰੀਤ ਜੀ, ਤੁਹਾਡਾ ਇਸ ਚੀਜ਼ ਨੂੰ ਲੈ ਕੇ ਕੀ ਖਿਆਲ ਹੈਗਾ? ਇੱਕ ਤਾਂ ਤੁਹਾਨੂੰ ਲੱਗਦਾ ਹੈ ਕਿ ਸੁਪਰੀਮ ਕੋਰਟ ਇਸ ਇਲੈਕਸ਼ਨ ਨੂੰ ਬਿਲਕੁਲ ਮੋੜ ਸਕਦੀ ਹੈ, ਜਿਸ ਤਰ੍ਹਾਂ ਸਾਨੂੰ ਸੰਨ 2000 'ਚ ਦੇਖਣ ਨੂੰ ਮਿਲਿਆ ਸੀ ਜੋਰਜ ਡਬਲਿਊ ਬੁਸ਼ ਅਤੇ ਐਲ ਗੋਰ ਦੇ ਇਲੈਕਸ਼ਨ ਦੇ ਵਿੱਚ, ਜਾਂ ਤੁਹਾਨੂੰ ਨਹੀਂ ਲੱਗਦਾ ਇਸ ਸਾਲ ਕੋਈ ਇਹੋ ਜਿਹੀ ਇਸ਼ੂ ਹੋਏਗੀ, ਅਤੇ ਸੁਪਰੀਮ ਕੋਰਟ ਦਾ ਇਹਦੇ 'ਚ ਕੀ ਰੋਲ ਹੋ ਸਕਦਾ ਤੁਹਾਡੇ ਖਿਆਲ 'ਚ? ਦੇਖੋ, ਜਿਹੜਾ ਇਲੈਕਸ਼ਨਾਂ ਦਾ ਮੁੱਦਾ ਆ, ਇਹ ਤਾਂ ਪਹਿਲੀ ਗੱਲ ਤਾਂ ਹੈ ਵੀ ਸੁਪਰੀਮ ਕੋਰਟ 'ਚ ਜਾਣਾ ਨਹੀਂ ਚਾਹੀਦਾ। ਇਹ ਤਾਂ ਇੱਕ ਜਿਹੜਾ ਇਲੈਕਸ਼ਨ ਦਾ ਲੋਕਾਂ ਨੇ ਵੋਟ ਪਾਉਣੀ ਹੈ ਅਤੇ ਆਪਣੇ ਜਿਹੜੇ ਕੈਂਡੀਡੇਟ ਹੈਗੇ ਚੁਣਨੇ ਆ, ਅਤੇ ਬਹੁਤ ਅਨਫੋਰਚੁਨੇਟ ਸਿਚੁਏਸ਼ਨ ਹੁੰਦੀ ਆ ਕਿਸੇ ਜਗ੍ਹਾ ਲਈ, ਕਿਸੇ ਕੰਟਰੀ ਲਈ, ਜਿੱਥੇ ਕਿ ਸੁਪਰੀਮ ਕੋਰਟ ਨੂੰ ਇਹਦੇ 'ਚ ਇੰਟਰਫੀਅਰ ਕਰਨਾ ਪਵੇ, ਕਿਉਂਕਿ ਸੁਪਰੀਮ ਕੋਰਟ ਦੇ ਜਿਹੜੇ ਜੱਜ ਨੇ ਉਹ ਇਲੈਕਸ਼ਨ ਦਾ ਆਊਟਕਮ ਡਿਸਾਈਡ ਕਰਨ। ਇਹ ਜਿਹੜੀ ਹੈਗੀ ਆ ਇਹ ਕੋਈ ਡੈਮੋਕਰੇਸੀ ਦੇ ਹੱਕ ਦੇ ਵਿੱਚ ਕਰਨੀ ਹੈਗੀ, ਅਨਡੈਮੋਕਰੈਟ ਹੈਗਾ। ਦੂਸਰਾ ਇਹ ਆ ਕਿ ਅਸੀਂ ਉਹ ਇਸ ਕਰਕੇ ਸਾਰੇ ਬੰਦਿਆਂ ਨੂੰ ਲੱਗਦਾ ਕਿਉਂਕਿ ਜਦੋਂ ਐਲ ਗੋਰ ਅਤੇ ਜੋਰਜ ਬੁਸ਼ ਦੀ ਇਲੈਕਸ਼ਨ ਹੋਈ ਸੀਗੀ ਉਦੋਂ ਫਲੋਰਿਡਾ ਦੇ ਵਿੱਚ ਕੁਛ ਬੈਲਟ ਸੀਗੀਆਂ ਜਿਨ੍ਹਾਂ ਨੂੰ ਕਾਊਂਟ ਜਾਂ ਰੀਕਾਊਂਟ ਕਰਨ ਦੇ ਚੱਕਰ ਦੇ ਵਿੱਚ ਇਹ ਕੇਸ ਹੋਇਆ ਅਤੇ ਕੇਸ ਸੁਪਰੀਮ ਕੋਰਟ ਤੱਕ ਗਿਆ, ਅਤੇ ਉਹਨਾਂ ਨੇ ਕਿਹਾ ਵੀ ਇਹ ਹੁਣ ਇੰਨੀ ਵਾਰੀ ਕਾਊਂਟਿੰਗ ਹੋ ਗਈ ਆ, ਹੁਣ ਇਹਨੂੰ ਵਾਰ ਵਾਰ ਕਾਊਂਟਿੰਗ ਕਰਨ ਨਾਲੋਂ ਵੀ ਇਹ ਜਿਹੜਾ ਹੈਗਾ ਫੈਸਲਾ ਜੋ ਵੀ ਹੈਗਾ ਉਹ ਠੀਕ ਹੈ, ਜੋਰਜ ਬੁਸ਼ ਦੇ ਹੱਕ 'ਚ ਆਇਆ। ਅਤੇ ਜਿਹੜੀ ਜੱਜ ਏਮੀ ਦੀ ਕਨਫਰਮੇਸ਼ਨ ਹੀਅਰਿੰਗਸ ਹੋਈਆਂ ਨੇ ਉਹ ਮੈਂ ਵੀ ਜਿਹੜੀ ਹੈਗੀਆਂ ਦੇਖੀਆਂ ਨੇ, ਅਤੇ ਇਹ ਇਸ ਤਰ੍ਹਾਂ ਹੈ ਕਿ ਇਸ ਟਾਈਮ 'ਤੇ ਮੈਜੋਰਟੀ ਹੈਗੀ ਆ ਰਿਪਬਲਿਕਨ ਪਾਰਟੀ ਕੋਲ, ਇਹਨਾਂ ਨੂੰ ਕਨਫਰਮ ਕਰ ਸਕਦੇ ਆ, ਅਤੇ ਲੇਕਿਨ ਉਹਨਾਂ ਨੇ ਇਹ ਗੱਲ ਵਾਰ ਵਾਰ ਜਦੋਂ ਮਤਲਬ ਜਿਹੜੇ ਸੈਂਟਰਸ ਨੇ ਪੁੱਛੀ, ਉਹਨਾਂ ਨੇ ਦੋ ਤਿੰਨ ਗੱਲਾਂ ਬਾਰੇ ਪੁੱਛਿਆ, ਇੱਕ ਤਾਂ ਇਲੈਕਸ਼ਨ ਬਾਰੇ ਵੀ ਪੁੱਛਿਆ, ਇੱਕ ਦੋ ਸੈਂਟਰਾਂ ਨੇ ਉਹਨਾਂ ਨੂੰ ਓਬਾਮਾ ਕੇਅਰ ਬਾਰੇ ਵੀ ਪੁੱਛਿਆ। ਉਹਨਾਂ ਨੇ ਕਿਹਾ ਵੀ ਉਹ ਕੇਸ ਲੱਗਿਆ ਹੋਇਆ ਜਿਹੜਾ ਅਗਲੇ 4 ਵੀਕ ਦੇ ਵਿੱਚ ਹੀਅਰਿੰਗ ਵਾਸਤੇ ਆਇਆ, ਅਤੇ ਕੀ ਜਿਹੜੀ ਓਬਾਮਾ ਕੇਅਰ ਹੈ ਇਹ ਇਹਨੂੰ ਕਿਤੇ ਅਨਕੋਨਸਟੀਟਿਊਸ਼ਨਲ, ਕਿਉਂਕਿ ਜਿਹੜੀ ਇਹ ਸਰਕਾਰ ਹੈਗੀ ਹੈ ਟਰੰਪ ਐਡਮਿਨਿਸਟ੍ਰੇਸ਼ਨ ਨੇ ਕੇਸ ਕੀਤਾ ਹੋਇਆ ਵੀ ਅਨਕੋਨਸਟੀਟਿਊਸ਼ਨਲ ਕਰੋ ਇਹਨੂੰ। ਅਤੇ ਦੂਸਰਾ ਉਹਨਾਂ ਨੇ ਕਿਹਾ ਵੀ ਜੱਜ ਸਕਲੀਆ ਜਿਹੜੇ ਸੀਗੇ ਮਤਲਬ ਸੁਪਰੀਮ ਕੋਰਟ ਦੇ ਜਸਟਿਸ ਸੀ, ਅਤੇ ਉਹ ਉਹਨਾਂ ਦੀ ਬੜੀ ਰਿਸਪੈਕਟ ਸੀਗੀ, ਜਿਹੜੇ ਕੰਜ਼ਰਵੇਟਿਵ ਸਰਕਲਸ ਹੈਗੇ ਆ ਉਹਨਾਂ ਦੇ ਨਾਲ ਇਹਨਾਂ ਨੇ ਕਲਰਕ ਕੀਤਾ ਸੀ, ਉਹਨਾਂ ਦੇ ਨਾਲ ਕੰਮ ਕੀਤਾ ਇਹਨਾਂ ਨੇ ਜੱਜ ਏਮੀ ਨੇ, ਅਤੇ ਉਹਨਾਂ ਨੇ ਕਿਹਾ ਵੀ ਤੁਸੀਂ ਕਿਤੇ ਇਹ ਤਾਂ ਨਹੀਂ ਵੀ ਉਹਨਾਂ ਦੀ ਜਿਹੜੀ ਲਾਈਨ ਹੈਗੀ ਆ ਵੀ ਜੋ ਵੀ ਉਹਨਾਂ ਦੀ ਸੋਚ ਆ ਉਹਨੂੰ ਟੋਕਰੋਗੇ। ਉਹਦੇ 'ਚ ਇਹਨਾਂ ਨੇ ਕਲੀਅਰ ਕੀਤਾ ਜੱਜ ਏਮੀ ਨੇ ਵੀ ਪਹਿਲੀ ਗੱਲ ਤਾਂ ਇਹ ਹੈਗੀ ਆ ਵੀ ਮੈਂ ਉਹਨਾਂ ਨਾਲ ਕਲਰਕ ਜ਼ਰੂਰ ਕੀਤਾ ਪਰ ਮੈਂ ਉਹਨਾਂ ਨਾਲ ਕਈ ਗੱਲਾਂ 'ਤੇ ਡਿਫਰ ਵੀ ਕੀਤਾ, ਅਤੇ ਮੈਂ ਉਹਨਾਂ ਦੀ ਲਾਈਨ ਟੋਰ ਨਹੀਂ ਕਰੂੰਗੀ, ਮੇਰੀ ਆਪਣੀ ਲਾਈਨ ਆ, ਮੇਰੀ ਆਪਣੀ ਥਿੰਕਿੰਗ ਆ। ਦੂਜਾ ਉਹਨਾਂ ਨੇ ਕਿਹਾ ਵੀ ਰਿਲੀਜਨ ਜਿਹੜਾ ਹੈਗਾ ਮੇਰਾ ਉਹ ਕੰਮ ਦੇ ਵਿੱਚ ਇੰਟਰਫੇਅਰ ਨਹੀਂ ਕਰੇਗਾ, ਜਿਹੜੇ ਸਾਡੇ ਰਿਲੀਜੀਅਸ ਬਲੀਫਸ ਨੇ ਉਹ ਮੇਰਾ ਜਿਹੜਾ ਜਿਹੜੇ ਫੈਸਲੇ ਨੇ ਉਹਨਾਂ ਦੇ ਵਿੱਚ ਆਉਣਗੇ।
ਤੀਸਰਾ ਉਹਨਾਂ ਨੇ ਇਹ ਕਿਹਾ ਵੀ ਰਿਕਿਊਜ਼ ਕਰਨ ਬਾਰੇ ਰੂਲਸ ਹੈਗੇ ਆ, ਮੈਂ ਮੌਕੇ ਤੇ ਦੇਖੂੰਗੀ ਵੀ ਕੀ ਸਿਚੁਏਸ਼ਨ ਬਣਦੀ ਆ। ਉਹਦੇ ਬਾਰੇ ਉਹਨਾਂ ਨੇ ਕੋਈ ਕਮਿਟਮੈਂਟ ਨਹੀਂ ਕੀਤੀ ਵੀ ਜੇ ਸਾਨੂੰ ਇਦਾਂ ਦਾ ਕੇਸ ਇਲੈਕਸ਼ਨ ਦਾ ਉਹਨਾਂ ਕੋਲ ਜਾਂਦਾ ਤਾਂ ਕੀ ਉਹ ਚੋਂ ਰਿਕਿਊਜ਼ ਕਰਨਗੇ। ਉਹਨਾਂ ਨੇ ਕਿਹਾ ਵੀ ਇਹ ਮਤਲਬ ਜ਼ਰੂਰ ਇੱਕ ਪ੍ਰੈਸੀਡੈਂਟ ਹੈਗਾ ਤੇ ਇਹ ਵੀ ਜਿਹੜੇ ਜੱਜ ਹੈਗੇ ਆ ਉਹ ਕਰਦੇ ਆ ਜਿੱਥੇ ਉਹਨਾਂ ਨੂੰ ਲੱਗਦਾ ਕਿ ਉਹ ਉਸ ਦੇ ਜਿਹੜਾ ਕੇਸ ਆ। ਤੇ ਪਰ ਉਹ ਕਹਿੰਦੇ ਵੀ ਇਹ ਮੈਂ ਮੌਕੇ ਤੇ ਹੀ ਦੇਖਾਂਗੀ। ਤੇ ਓਬਾਮਾ ਕੇਅਰ ਬਾਰੇ ਵੀ ਉਹਨਾਂ ਨੇ ਕਿਹਾ ਕਿ ਮੈਂ ਇਹ ਨਹੀਂ ਹੈਗਾ ਵੀ ਓਬਾਮਾ ਕੇਅਰ ਨੂੰ, ਕਿਉਂਕਿ ਕੁਛ ਬੰਦੇ ਚਾਹੁੰਦੇ ਆ ਤਾਂ ਕੰਸਟੀਟਿਊਸ਼ਨ ਕਰ ਦਾਂਗੀ। ਉਹਨੇ ਕਾਫੀ ਜ਼ਿਆਦਾ ਗਾਰਡਡ ਤੇ ਮਤਲਬ ਜਵਾਬ ਦਿੱਤੇ ਆ, ਪਰ ਜੂਰੀ ਪਰ ਇਹ ਆ ਕਿ ਜਿਹੜੇ ਡੈਮੋਕ੍ਰੈਟਿਕ ਸਰਕਲਸ ਨੇ ਜਾਂ ਲੋਕਾਂ ਦੇ ਵਿੱਚ ਇਸ ਗੱਲ ਖਰਚਾ ਜੁੜਾ ਵੀ ਇਹਨੂੰ ਕਨਫਰਮ ਕੀਤਾ ਜਾਂਦਾ ਤਾਂ ਕੱਲ ਨੂੰ ਹੋ ਸਕਦਾ ਵੀ ਜਿਹੜੀ ਥਿਊਰੀ ਇਸ ਐਡਮਿਨਿਸਟ੍ਰੇਸ਼ਨ ਜਿਹੜੀ ਲਾਈਨ ਇਹ ਐਡਮਿਨਿਸਟ੍ਰੇਸ਼ਨ ਲੈ ਰਹੀ ਹੈ ਡਿਫਰੈਂਟ ਇਸ਼ੂਜ਼ ਦੇ ਉੱਤੇ, ਉਹਨਾਂ ਤੇ ਸੁਪਰੀਮ ਕੋਰਟ ਦੇ ਜੱਜਾਂ ਦੀ ਮੈਜੋਰਟੀ ਹੋ ਕੇ ਉਹਨੂੰ ਕਨਫਰਮ ਉਸ ਲਾਈਨ ਨੂੰ ਟੋਕ ਕੀਤਾ ਜਾਵੇ। ਸੋ ਇਹ ਦੇਖਣ ਵਾਲੀ ਗੱਲ ਹੈ ਵੀ ਕੀ ਹੁੰਦਾ, ਪਰ ਮੈਨੂੰ ਲੱਗਦਾ ਕਿ ਇਹਨਾਂ ਦੀ ਕਨਫਰਮੇਸ਼ਨ ਜਸਪ੍ਰੀਤ ਜੀ ਇਸ ਜੀ ਹਾਂਜੀ ਉਹੀ ਮੈਂ ਤੁਹਾਨੂੰ ਪੁੱਛਣ ਲੱਗੀ ਸੀ ਬਿਕੋਜ਼ ਓਪਨਿੰਗ ਸਟੇਟਮੈਂਟਸ ਦੇ ਵਿੱਚ ਕੱਲ੍ਹ ਸੈਨੇਟਰ ਏਮੀ ਕਲੋਬਸ਼ਾਰ ਜੋ ਪ੍ਰੈਜ਼ੀਡੈਂਟ ਲਈ ਰਨ ਕਰ ਰਹੇ ਸੀ ਉਹਨਾਂ ਨੇ ਇਹ ਵੀ ਕਿਹਾ ਮਤਲਬ ਵਿਊਅਰਸ ਨੂੰ ਸਿਟੀਜ਼ਨਸ ਨੂੰ ਕਿ ਦੇਖੋ ਸਾਡੇ ਕੋਲ ਡੈਮੋਕਰੈਟਸ ਕੋਲ ਕੋਈ ਮੈਜਿਕ ਸਲਿਊਸ਼ਨ ਨਹੀਂ ਹੈ ਇਸ ਨੋਮੀਨੇਸ਼ਨ ਨੂੰ ਰੋਕਣ ਦਾ, ਰਿਪਬਲਿਕਨਸ ਕੋਲ ਪੂਰੀ ਸੀਟਾਂ ਵੋਟਸ ਹੈਗੀਆਂ ਅਗਰ ਉਹ ਕਰਨ ਅੱਗੇ ਪਾਸ ਕਰਨਾ ਚਾਹੁਣ ਕਰ ਸਕਦੇ ਰਾਈਟ, ਬਟ ਤੁਹਾਡੇ ਖਿਆਲ 'ਚ ਲੀਗਲੀ ਕੋਈ ਜ਼ਰੀਆ ਹੈਗਾ ਜਿਹਦੇ ਰਾਹੀਂ ਇਹ ਰੁਕ ਸਕਦੀ ਹੈ? ਫਰਜ਼ ਕਰੋ ਅਗਰ ਜੋ ਰਿਪਬਲਿਕਨ ਸੈਨੇਟਰਸ ਹਨ ਉਹਨਾਂ ਦੇ ਵਿੱਚੋਂ ਕਿਸੇ ਨੂੰ ਕੋਵਿਡ ਹੋ ਜਾਂਦਾ ਹੈ ਜਾਂ ਉਹ ਆ ਕੇ ਵੋਟ ਨਹੀਂ ਪਾ ਸਕਦੇ ਕਿਸੇ ਵੀ ਕਾਰਨ ਕਰਕੇ, ਜਾਂ ਕੋਈ ਪਬਲਿਕ ਸੈਂਟੀਮੈਂਟ ਇਹੋ ਜਿਹੀ ਚੀਜ਼ ਨੂੰ ਬਦਲਦਾ ਹੈ ਕਿ ਉਹਨਾਂ ਦੀ ਵੋਟ ਦੂਜੇ ਪਾਸੇ ਇਹਨਾਂ ਨੂੰ ਕਨਫਰਮ ਕਰਨ ਦੇ ਵੱਲ ਨਹੀਂ ਜਾਂਦੀ, ਤੁਹਾਨੂੰ ਲੱਗਦਾ ਕਿ ਕੋਈ ਤਰੀਕਾ ਹੈਗਾ ਕਿ ਇਹ ਨੋਮੀਨੇਸ਼ਨ ਅੱਗੇ ਵਧਣ ਤੋਂ ਰੋਕ ਸਕਦੇ ਆ ਡੈਮੋਕਰੈਟਸ? ਮੈਨੂੰ ਲੱਗਦਾ ਨਹੀਂ ਕੋਈ ਤਰੀਕਾ ਹੋਊਗਾ, ਕਿਉਂਕਿ ਜ਼ਿਆਦਾ ਤਰੀਕਾ ਤਾਂ ਦੇਖੋ ਜਦੋਂ ਉਹਨਾਂ ਕੋਲ ਮੈਜੋਰਟੀ ਹੈਗੀ ਹੈ ਤਾਂ ਪਬਲਿਕ ਪ੍ਰੈਸ਼ਰ ਦਾ ਹੀ ਹੁੰਦਾ, ਉਹ ਉਹਨਾਂ ਨੇ ਉਹਦੀ ਪਰਵਾਹ ਨਹੀਂ ਕੀਤੀ ਪਹਿਲਾਂ ਹੀ ਤੇ ਉਹ ਤਾਂ ਉਹਨਾਂ ਦੇ ਆਲਰੇਡੀ ਹੈਗਾ, ਕਿਉਂਕਿ ਪੋਲ ਆਫਟਰ ਪੋਲ ਇਹ ਗੱਲ ਕਹਿ ਰਹੀ ਆ ਕਿ ਜਿਹੜੇ ਅਮਰੀਕਾ ਦੇ ਵਿੱਚ ਜ਼ਿਆਦਾ ਲੋਕੀ ਇਹ ਚਾਹ ਰਹੇ ਆ ਕਿ ਜਿਹੜਾ ਨਵਾਂ ਪ੍ਰੈਜ਼ੀਡੈਂਟ ਉਹ ਆਪ ਵੀ ਇਹਨਾਂ ਨੇ ਲਾਸਟ ਟਾਈਮ ਤੇ ਪ੍ਰੈਜ਼ੀਡੈਂਟ ਓਬਾਮਾ ਦੇ ਵੇਲੇ ਕਿਹਾ ਸੀਗਾ ਕਿ ਜਿਹੜਾ ਨਵਾਂ ਪ੍ਰੈਜ਼ੀਡੈਂਟ ਆਊਗਾ ਉਹ ਅਪਾਇੰਟ ਕਰੂਗਾ ਵੀ ਅਸੀਂ ਨਹੀਂ ਹੋਣ ਦੇਣਾ, ਤੇ ਉਦੋਂ ਤਾਂ ਇਹਨਾਂ ਨੇ ਜਿਹੜੀ ਹੈਗੀ ਕਨਫਰਮੇਸ਼ਨ ਹੀਅਰਿੰਗ ਕੀਤੀਆਂ ਨਹੀਂ ਇਸੇ ਰਿਪਬਲਿਕਨ ਲੀਡਰਸ਼ਿਪ ਨੇ, ਤੇ ਹੁਣ ਉਹਨਾਂ ਨੇ ਆਪਣੀ ਉਹ ਸਾਰੀ ਗੱਲ ਜਿਹੜੀ ਹੈਗੀ ਆ ਉਹਨੂੰ ਭੁੱਲ ਕੇ ਤੇ ਦੁਬਾਰਾ ਹੀਅਰਿੰਗ ਸ਼ੁਰੂ ਕਰਤੀਆਂ, ਪਰ ਮੇਰਾ ਨਹੀਂ ਖਿਆਲ ਵੀ ਇਹਨੂੰ ਰੋਕਣ ਦਾ ਕੋਈ ਜ਼ਰੀਆ ਤਰੀਕਾ ਹੈਗਾ। ਪਰ ਮੈਨੂੰ ਇਹ ਵੀ ਲੱਗਦਾ ਵੀ ਜੱਜ ਏਮੀ ਦੀ ਜਿਹੜੀ ਜਿਸ ਕਿਸਮ ਦਾ ਉਹਨਾਂ ਨੂੰ ਪੇਸ਼ ਕੀਤਾ ਜਾ ਰਿਹਾ ਸੀ ਉਹ ਉਦਾਂ ਦੇ ਲੱਗਦੇ ਨਹੀਂ, ਕਿਉਂਕਿ ਕਈ ਵਾਰੀ ਇਹ ਹੁੰਦਾ ਵੀ ਤੁਸੀਂ ਇਹ ਦੇਖੋ ਵੀ ਜਿਹੜਾ ਹਿਸਟਰੀ ਆ ਉਹ ਇਹ ਹੈਗੀ ਆ, ਜਿਹੜੇ ਚੀਫ ਜਸਟਿਸ ਰਾਬਰਟਸ ਆਨਰੇਬਲ ਚੀਫ ਜਸਟਿਸ ਜੋਨ ਰਾਬਰਟਸ ਇਹਨਾਂ ਨੂੰ ਜਾਰਜ ਬੁਸ਼ ਨੇ ਲਾਇਆ ਸੀ, ਤੇ ਇਹ ਵੀ ਇੱਕ ਜਿਹੜਾ ਕੰਜ਼ਰਵੇਟਿਵ ਸਰਕਲ ਸੀਗੇ, ਪਰ ਇਸ ਟਾਈਮ ਦੇ ਉੱਤੇ ਉਹ ਬੜੇ ਫੇਅਰ ਨੇ, ਜਿੱਥੇ ਵੀ ਕੋਈ ਗੱਲ ਹੁੰਦੀ ਆ ਮਤਲਬ ਓਬਾਮਾ ਕੇਅਰ ਬਾਰੇ ਵੀ ਜਜਮੈਂਟ ਉਹਨਾਂ ਨੇ ਦਿੱਤੀ ਸੀਗੀ ਕਿ ਉਹਦੇ ਹੱਕ 'ਚ। ਸੋ ਇਸ ਕਰਕੇ ਉਹ ਕਾਫੀ ਇਸੇ ਤਰ੍ਹਾਂ ਹੀ ਜਿਹੜੇ ਮਤਲਬ ਪਹਿਲੇ ਚੀਫ ਜਸਟਿਸ ਸੀਗੇ ਰੈਨਕੁਇਸਟ ਜਿਹੜੇ ਇਹਨਾਂ ਤੋਂ ਪਹਿਲਾਂ ਸੀ ਉਹ ਵੀ ਜਿਹੜੇ ਆਰਗੇਨਾਈਜੇਸ਼ਨ ਨੇ ਲਾਏ ਸੀਗੇ, ਪਰ ਉਹ ਬੜੇ ਜ਼ਿਆਦਾ ਐਂਡ ਮਤਲਬ ਵਿੱਚੋਂ ਲਿਬਰਲ ਹੋ ਗਏ ਸੀਗੇ, ਮਤਲਬ ਫੇਅਰ ਹੋ ਗਏ ਸੀ। ਸੋ ਜੱਜ ਕਈ ਵਾਰੀ ਜੂਰੀ ਨਹੀਂ ਹੁੰਦਾ ਵੀ ਉਹ ਸਾਰੇ ਮਤਲਬ ਉਹ 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 ਕਈ ਗੱਲਾਂ ਦੇ ਵਿੱਚ ਕਿਉਂਕਿ ਉਹਨਾਂ ਨੇ ਓਥ ਲਈ ਹੁੰਦੀ ਹੈ ਕੰਸਟੀਟਿਊਸ਼ਨ ਨੂੰ ਪ੍ਰੋਟੈਕਟ ਕਰਨ ਦੀ, ਤੇ ਤੁਸੀਂ ਇਹ ਨਹੀਂ ਮੰਨ ਸਕਦੇ ਵੀ ਉਹਨਾਂ ਦੀ ਉਹ ਰਬੜ ਸਟੈਂਪ ਨੇ ਗਵਰਨਮੈਂਟ ਦੀ, ਉਹ ਫੇਅਰ ਹੋ ਕੇ ਚੱਲਦੇ ਨੇ, ਤੇ ਉਹ ਮਤਲਬ ਇਹ ਵੀ ਹੋ ਸਕਦਾ ਵੀ ਜੋ ਲੋਕੀ ਇਹ ਸਾਰਾ ਜਾਰੀ ਮਤਲਬ ਜ਼ਾਹਿਰ ਕਰ ਰਹੇ ਨੇ ਵੀ ਉਹ ਇਦਾਂ ਦੇ ਨਿਕਲਣਗੇ, ਉਸ ਜੱਜ ਏਮੀ ਇਦਾਂ ਦੇ ਨਾਂ ਨਿਕਲਣ ਬੜੇ ਫੇਅਰ ਤੇ ਚੰਗੇ ਜੱਜ ਹੋਣ, ਇਹ ਵੀ ਹੋ ਸਕਦਾ। ਸੋ ਇਸ ਕਰਕੇ ਇਹਦੇ ਚ ਇੰਨਾ ਜ਼ਿਆਦਾ ਕਰਨ ਦੇ ਕੋਈ ਵੀ ਲੋੜ ਨਹੀਂ। ਦੇਖਦੇ ਹਾਂ ਕਿਸ ਤਰ੍ਹਾਂ ਇਹ ਪਲੇ ਆਊਟ ਹੁੰਦੇ ਆ। ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ, ਥੈਂਕ ਯੂ ਸੋ ਮਚ ਤੁਸੀਂ ਸਾਡੇ ਨਾਲ ਇੱਕ ਵਾਰੀ ਫਿਰ ਲਾਈਵ ਪ੍ਰੋਗਰਾਮ ਵਿੱਚ ਜੁੜੇ। ਮੈਂ ਵਿਊਜ਼ ਨੂੰ ਦੱਸਣਾ ਚਾਹੁੰਦੀ ਹਾਂ ਕਿ ਤੁਸੀਂ ਇਹ ਪ੍ਰੋਗਰਾਮ ਮਿਸ ਕਰਤਾ ਇਹਦਾ ਰਿਪੀਟ ਤੁਸੀਂ ਸ਼ਾਮ ਨੂੰ ਵੇਖ ਸਕਦੇ ਹੋ 9:30 ਪੈਸੀਫਿਕ 12:30 ਈਸਟਰਨ ਤੇ, ਆਫਕੋਰਸ ਫੇਸਬੁੱਕ 'ਤੇ ਐਪੀਸੋਡ ਜ਼ਰੂਰ ਤੁਸੀਂ ਸੋਸ਼ਲ ਮੀਡੀਆ 'ਤੇ ਪਾ ਸਕਦੇ ਹੋ। ਜਸਪ੍ਰੀਤ ਜੀ ਹੈਵ ਅ ਗੁੱਡ ਰੈਸਟ ਆਫ ਈਵਨਿੰਗ, ਸਤਿ ਸ਼੍ਰੀ ਅਕਾਲ। ਮੈਂ ਬਾਕੀ ਵਿਊਜ਼ ਨੂੰ ਦੱਸਣਾ ਚਾਹੁੰਦੀ ਹਾਂ ਇਸ ਪ੍ਰੋਗਰਾਮ ਨੂੰ ਲੈ ਕੇ ਤੁਸੀਂ ਸਾਡੇ ਨਾਲ ਵੀ ਰਾਬਤਾ ਕਾਇਮ ਕਰ ਸਕਦੇ ਹੋ, info@justbroadcasting.com, ashmita@justbroadcasting.com। ਹੁਣ ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।